ਆਊਟ
ਤੇਰੀ ਲਾਸਟ ਮੇਰੀ ਵੀਡੀਓ ਬੈਠ ਦੇ ਭਾਈ ਤੇਰੀ ਲਾਸਟ ਗੱਡ ਬੋਲ ਓ ਕਰ ਗਏ ਬੋਲੇ ਅਗੇ ਜੱਟ ਕੋਈ ਤੇ 500 ਦੇ ਸਾਰਿਆ ਨਵ ਤੇਰੇ ਤੇ ਮੇਰੀ ਨਹੀਂ ਵੱਡੇ ਮਾਣ ਖਤਮ ਬਈ ਜਦੋਂ ਚੌਦੀ ਗੇਮ ਚ ਨਵ ਟੱਪਾ ਮਾਰਦਾ ਤੇ ਸਾਡੇ ਵੱਲੋਂ 500 ਦੇ ਮਾਣ ਤਾਂ ਹੋਣਗੇ ਬਈ ਲਓ ਜਲ ਤਿਆਰਪੁਰ ਤਿਆਰ ਥੱਲੇ ਪਾਸੇ ਗਏ ਬਰਾਬਰੀ ਤੇ ਦੋਵੇਂ ਟੀਮਾਂ ਚੱਲਦੀਆਂ ਹੋਈਆਂ ਔਰ ਜਿਹੜੀ ਆਈ ਸਰਵਿਸ ਵਧੀ ਹੈ ਸਰਵਿਸ ਤੇ ਫੇਰ ਗਿੱਲ ਤਿਆਰ ਬੱਤਿਆ ਘੱਟ ਲੇਗਾ ਟ੍ਰਿਮ ਕਰ ਲਿਓ ਥੋੜੀ ਆਈਪੀਐਲ ਵੈਰੀ ਗੁੱਡ ਕਿੰਨੀ ਕੀ ਭਜਾਓ ਹੁਣ ਦੇਖਾਂਗੇ ਨੈਟ ਟੱਚ ਜਿੱਤ ਕੇ ਰੈਫਰੀ ਦੀ ਤਰਫੋਂ ਸਰਵਿਸ ਤੇ ਫਿਰ ਖਿਡਾਰੀ ਤਿਆਰ ਕੋਈ ਤੇ ਰੈਫਰੀ ਵੀ ਸਹੀ ਕਰਦਾ ਯਾਰ ਚੱਲਦੇ ਮੈਂ ਤੇ ਫਿਰ 3-1 ਨੇ ਖਿਡਾਰੀ ਤਿਆਰ ਕਰਦੇ ਸਰਵਿਸ ਤੇ ਫੇਰ ਖਿਡਾਰੀ ਤਿਆਰ ਹੋ ਗਿਆ
ਹੋਰ ਦੇਖਾਂਗੇ ਮਨੀਸ਼ ਨੇ ਕੀਤੀ ਗਲਤੀ ਸਰਵਿਸ ਤੇ ਗਿੱਲ ਪਿਆਰ ਫਿਰ ਤਿਆਰ ਉਹ ਬਾਈ ਕਿੰਨੇ ਕਿੰਨੇ ਹੋ ਗਏ ਪੁਆਇੰਟ ਜਰਾ ਥੋੜੀ ਸਾਈਡ ਦੇ ਦੇ ਤਿੰਨ ਪੰਜ ਮਾਰੋ ਸਰਵਿਸ ਭਰ ਕੇ ਗਿੱਲ ਹੋਰ ਪੱਟੀ ਵਾਲ ਵੱਜ ਗਈ ਹੈ ਸਰਵਿਸ ਤੇ ਫੇਰ ਨੌਜਵਾਨ ਤਿਆਰ ਫਿਰ ਤਿਆਰ ਪਿੱਛੇ ਫਿਰ ਗੱਡੀ ਬੰਦ ਹੋ ਜਾਣੀ ਆ ਬਾਜ ਨਾ ਕੇ ਕਿਸੇ ਨੂੰ ਕੱਬੜ ਪੈ ਗਿਆ ਤੇ ਕਾਲਾ ਮਾਰ ਤੂੰ ਸਿਰੇ ਸਾਂ ਹਾਂ ਐਵੇਂ ਸਿਰੇ ਸਾਂ ਮਾਰ ਬਾਈ ਆਊਟ ਆਊਟ ਵਾਲਾ ਆਊਟ ਵਾਲਾ ਬਾਈ ਆਊਟ ਉਹ ਪਨੀਰ ਬਾਹਰ ਬਾਹਰ ਉਹ ਪਨੀਰ ਅੱਖਾਂ ਖੋਲ ਸਾਲੇ ਆਊਟ ਵਾਲਾ ਆ ਤਾਂ ਆਊਟ ਹੈ ਸਾਲਿਆ ਤਾਂ ਬੋਲ ਹਾਂ ਵਾਧਾ ਕਰਦਾ ਹੈ ਮਹਿਮਾਨ ਜੇਕਰ ਨਜ਼ਾਰੇ ਮਜ਼ਦੂਰਾਂ ਦੇ ਤਾੜੀ ਤੁੜੀ ਮਾਰ ਕੇ ਦੱਸੇ ਪਿਆਰ ਦੇ ਨਾਲ ਖੇਡੋ ਬਾਈ ਸੱਤ ਸੱਤ ਦੇ ਬਰਾਬਰ ਦੇ ਬੋਲ ਮੇਰਾ ਟਰੂ ਕਰ ਲੈ ਚੋਂ ਜਵਾਂ ਦੇ ਕਹੇ ਬਰਾ ਇਸਟਾ ਬਰ ਕਰ ਲੈ ਰਾਈਡ ਬਾਲ ਦੇ ਇਸ਼ਾਰੇ ਰਿਹਾ ਚਾਰ ਦਾ ਇੰਨਾ ਮਾਰ ਉੜਿਆ ਆਊਟ ਸਰਵਿਸ ਤੇ ਫੇਰ ਖਿਡਾਰੀ ਤਿਆਰ ਫਿਰ ਤਿਆਰ ਹੋਰ ਦੇਖਾਂਗੇ ਆਊਟ ਵਾਲ ਦੇ ਇਸ਼ਾਰੇ ਨੇ ਬਾਈ ਦੇ ਆਊਟ ਵਾਲ ਦੇ ਇਸ਼ਾਰੇ ਬਾਈ ਬਾਈ ਮੈਂ ਵੀ ਦੇਖਦਾ ਉਹ ਬਾਈ ਮੈਂ ਵੀ ਦੇਖਦਾ ਉਹ ਨਹੀਂ ਬੱਜੀ ਬੜੀ ਦੂਰ ਹੈ ਬੜੀ ਦੂਰ ਹੈ ਬਾਈ ਟੈਂਸ਼ਨ ਨਾ ਲਾਡੀ ਪੂਰਾ ਸਾਥ ਦੇਵਾਂਗੇ ਫੇਰੇ ਫੇਰੀ ਫੇਰੀ ਹੱਥ ਚੱਲਦੇ ਮੈਂ ਤੇ ਪੁਆਇੰਟ ਗੋਰੀ ਭਾਜੀ ਆਪਾਂ ਨਹੀਂ ਬੋਲਣਾ ਬੋਲਾਂਗੇ ਬਾਈ ਜਿਹੜੀ ਸਾਹਮਣੇ ਰੇਡ ਪੈਂਦੀ ਉਹ ਕਿਉਂ ਨਹੀਂ ਬੋਲਣਾ ਸੀ ਆਪਾਂ ਨਹੀਂ ਬੋਲਣਾ ਹੁਣ ਸੱਟਾ ਕੰਮ ਨਹੀਂ ਹੁੰਦਾ ਫਿਰ ਜਿਹੜੇ ਲੱਗੇ ਹੁੰਦੇ ਉਹਨਾਂ ਦੇ ਤਿਆਰ ਕਰ ਤਿਆਰ ਕਰ ਹੋਰ ਆਊਟ ਬਾਲ ਦੇ ਇਸ਼ਾਰੇ ਆ ਗਏ ਰੈਫਰੀ ਸੁਜਾਨਾ ਦੇ ਤਰਫੋਂ ਪੁਆਇੰਟ 11 8 11 8 ਮੇਰੇ ਵੀਰੋ ਟਿਕਟਾਂ ਦੀ ਲੀਡ ਲੱਗ ਗਈ ਅੱਛਾ ਕਿਹਨ ਇਸ਼ਾਰਾ ਉਹ ਬੱਟਾ ਉਹ ਕੰਨੇ ਖਿਲਾਫ ਛੱਡ ਲਿਆ ਉਹਨਾਂ ਨੇ
ਇਧਰਲੇ ਪਾਸੇ ਲੈਫਟ ਤੇ ਰੱਖਣ ਦੀ ਕੋਸ਼ਿਸ਼ ਹੁਣ ਇਹ ਗਿੱਲ ਹੈ ਫੇਰ ਪਿਆੜੀ ਹੋਰ ਗਿਆ ਨੌਜਵਾਨ ਲੈ ਬਈ ਦੀਪੂ ਸਾਡਾ ਵੀਰ ਥੱਕ ਗਿਆ ਇਹਨੂੰ ਬਈ ਬੈਡ ਫੁੱਟ ਲਿਆ ਦੇ ਮੰਜਾ ਮੁੰਜਾ ਐਨ ਲੇਟ ਕੇ ਕਮੈਂਟਰੀ ਕਰ ਲਾ ਰਹੇ ਗੁੱਸਾ ਨਾ ਕਰੀ ਯਾਰ ਕੀ ਸਾਡਾ ਰੋਟੀ ਦਾ ਕਰਦੇ ਯਾਰ ਬਿਮਾਰ ਵੀ ਹੋ ਜਾਂਦੇ ਵਿੱਚ ਕੀ ਹੈ ਬਾਈ ਲਾਓ ਇਤਲੇ ਪਾਸੇ ਬੱਲੇ ਬੱਲੇ ਕੌਣ ਕਰਾਊ ਪੂਰਾ ਬਿਨਾ ਟੂਰਨਾਮੈਂਟ ਆਪਣੀ ਹੋ ਗਿਆ ਡਿਫੈਂਸ ਲੱਗ ਗਿਆ ਸੋਨਾ ਤੇ ਹੁਣ ਹੈ ਗੱਲ ਬੱਲੇ ਬੱਲੇ ਵੀ ਸਿੱਤਰੇ ਵੀ ਦੀ ਓਏ ਹੋਏ ਹੋਏ ਸੋਨਾ ਡਰਾਗਲਾਂ ਦੀ ਪੇਸ਼ੀ ਤੇ ਇਤਲੇ ਪਾਸੇ ਸ਼ੁਰੂ ਕੰਮ ਹੋ ਜਾਂਦਾ ਟੂਰਨਾਮੈਂਟਾਂ ਦਾ ਜਦੋਂ ਛਿੰਝਾਂ ਦਾ ਮੇਲਾ ਖਤਮ ਹੁੰਦਾ ਸੀਜ਼ਨ ਛਿੰਝਾਂ ਦਾ ਤੇ ਬੈਂਕਿੰਗ ਦਾ ਸਟਾਰ ਹੋ ਜਾਂਦਾ ਬਈ ਕਿਉਂਕਿ ਫਿਰ ਇੱਕ ਮਹੀਨਾ ਰੈਸਟ ਮਿਲਦੀ ਹੈ ਜਦੋਂ ਬਰਸਾਤ ਆ ਜਾਂਦੀ ਹੈ ਉਹ ਮਹੀਨਾ ਸਾਡਾ ਇੱਕ ਕਹਿ ਦਈਏ ਬਹੁਤ ਡਰ ਲੱਗਦਾ ਤੇਰਾ ਦਸ ਚਲਦੇ ਮੇਰੇ ਫਿਰ ਤੇਰਾਂ ਦਸ ਵਾਧਾ ਕਰ ਰਿਹਾ ਨੌਜਵਾਨ ਆਪਣੀ ਟੀਮ ਦੇ ਲਈ ਕਿੱਥੇ ਮੇਲਾ ਚੱਲ ਰਹੀ ਇੱਥੇ ਇਹਨਾਂ ਨੇ ਮੰਨੇ ਸਟਾਲ ਹੋਣ ਨੂੰ ਹਰਾਇਆ ਇਸ ਟੀਮ ਨੇ
ਮਨਵਾਲ ਚੱਲਦਾ ਸੀ ਟੂਰਨਾਮੈਂਟ ਬਾਈ, ਐਨ ਕਦੇ ਭਰਾਵਾਂ ਨੂੰ ਮੰਨੇ ਸਤਾਏ ਦਾ ਹੋਣਾ ਹਰਾ ਗਏ ਨੇ ਉੱਥੇ। ਅਗਰ ਦੇਖਣਾ ਹੋਵੇ ਨਾ ਸਿਕਸ ਸਟੈਂਡ ਕਹਿੰਦੇ ਚੋਟੀ ਦਾ ਸਟੈਂਡ, ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਪਰ ਲਾਡੀ ਉਹਨਾਂ ਨੇ ਹਰਾ ਤਾ ਉਹਨਾਂ ਨੂੰ ਉੱਥੇ। ਉਹ ਸਹੀ ਹੋਣਾ ਨੂੰ ਨਹੀਂ ਬਣਦੇ ਮੰਨੇ ਹੋਣੀ, ਆਰਾਮ ਨਾਲ ਯਾਰ
ਇਲੈਕਟ੍ਰੀਸ਼ਨ ਉਮੀਦ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਬਾਈ ਜਲਦੀ ਤੋਂ ਜਲਦੀ ਪਹੁੰਚੇ। ਹੁਣ ਇਹ ਲਾਈਟ ਬੰਦ ਹੋ ਗਈ, ਕਰ ਬਾਈ ਜੀ ਲਾਈਟਾਂ ਲੋਟਾਂ ਸੈੱਟ, ਇਹ ਕਾਰ ਖੁੱਲ ਗਈ ਉੱਥੋਂ। ਦੇਖੀ ਬਾਈ ਪਲਾਸ ਪਲੂਸ ਲੈ ਲੈ, ਨਹੀਂ ਤੇ ਘਿਓ ਪੈਂਦੇ ਟਾਈਮ ਨਹੀਂ ਮਿਲਦਾ ਅੱਜ ਕੱਲ੍ਹ। ਮੈਂ ਤਾਂ ਯਾਰ ਚੱਲਣ ਦੇ ਬਾਅਦ ਲਾਈਵ ਕਟੋਏ ਨਾ ਸਾਰਾ। ਬਾਈ ਕਰੇ ਮੈਚ ਸ਼ੁਰੂ, ਹੋਰ ਦੇਖਾਂਗੇ ਬਾਈ ਦੂਜਾ ਮੈਚ। ਫਿਰ ਆਪਣੀ ਟੀਮ ਲਈ ਕਿੱਥੋਂ ਵੇਟਾ ਕਰਾਇਆ ਕੋਲ ਸਰਵਿਸ ਤੇ ਫਿਰ ਖਿਡਾਰੀ ਨਿਸ਼ਾਨਾ ਬੜਾ ਪੱਕਾ ਹੀ ਰੱਖਿਆ ਉਸਨੇ ਦਿੱਤਾ ਪਾਸ ਤੇ ਉਹ ਦਸਣਾ ਤੋਂ ਬੈਗ ਦਾ ਦੋ ਦੀ ਬਰਾਬਰੀ ਤੇ ਹੋ ਗਏ ਸ਼ਾਇਦ। ਤਗੜੀ ਮਾਰ ਦੇ ਯਾਰ ਹੁਣ ਸਰਵਿਸ ਬੋਲ ਕੀ ਚੱਲਣਾ ਕਿਹੜੀ ਗੱਲ ਆਈ ਬੰਦਾ ਨਹੀਂ ਚਲਾ ਕੋਈ ਨਹੀਂ ਚਲਾ ਹਾਂ ਨਹੀਂ ਲਾਈਵ ਨਹੀਂ ਚਲਾ ਲਾਈਵ ਬੰਦ ਲਾਈਵ ਬੰਦ ਕਿਹੜੀ ਚੀਜ਼ ਯੂਟਿਊਬਰ ਕੀ ਚੱਲਦਾ ਮੁੰਡੇ ਬੜੇ ਉਹਨੇ ਚਾਹੇ ਦੀਪੂ ਚਲਾ ਹੋਣਾ ਲਾਈਵ ਉਹ ਮੁੰਡਾ ਕ੍ਰੈਡੀਟਰ ਨਹੀਂ ਦੀਪੂ ਕੀ ਨਾਮ ਦੀਪੂ 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 ਵਾਲੀਵਾਲ ਦੀਪੂ ਵਾਲੀਵਾਲ ਸ਼ਾਰਟ ਮੀਡੀਅਮ ਆ ਗਿਆ ਸ਼ਾਰਟ ਮੀਡੀਅਮ
ਚਾਰ ਸੱਤ ਹੋ ਗਏ ਚੱਲਦੇ ਮੈਂ ਦਿਆਂ ਕਿਹੜੇ ਚਾਰ ਸੱਤ ਮਾਰੇ ਖਿੱਚ ਤਿਆਰੀ ਫੜੇ ਫੜ ਫੇਰ ਸਰਵ ਆਪਣੀ ਟੀਮ ਦਾ ਲਾ ਕੇ ਦੀਪ ਲਾਈਵ ਵਿੱਚ ਲਾ ਕੇ ਲਾਈਵ ਵਿੱਚ ਚੱਲਦਾ ਐਂਟਰ ਸੀ ਹੋਸ਼ ਹੀ ਨਹੀਂ ਕੋਈ ਯਾਰ ਅੱਜ ਬਹੁਤ ਸੇਕ ਕਰ ਰਿਹਾ ਬਹਿ ਜਾ ਚੱਪਰ ਘਰੇ ਨਿਕਲ ਉਹਨੇ ਕੰਟਰ ਚ ਉਮੀਦ ਹੁੰਦੇ ਕੱਲੇ ਜਾਣਾ ਮੈਂ ਬਾਦੀ ਸੇ ਤਾਂ ਠੀਕ ਹੁੰਦੀ ਨਾ ਇਧਰੇ ਕੱਢ ਜਾਣਾ ਉੱਤਾਂ ਤੋਂ ਜਾਣਾ ਤੁਸੀਂ ਸਿਰਬਲ ਚ ਆਏ ਨਾ ਮੈਂ ਚੌਂਕ ਕੇ ਰਹਿਣ ਦੇ ਸਾਰਿਆ ਬਿਮਾਰ ਘਰ ਬੈਠੇ ਪ੍ਰਥਮ ਪਿਆਰ ਮੈਂ ਕਹਿੰਦਾ ਬਾਈ ਚੰਗੀ ਖਤਮ ਹੋ ਗਏ ਨਾ ਕਹਿੰਦਾ ਰੈਫਰੀ ਸੇਵਾਵਾਂ ਦੇ ਸਰਬਤ ਦੇ ਖਿਡਾਰੀ ਫਿਰ ਤਿਆਰ ਪਰ ਤਿਆਰ ਆ ਲੈ ਬਾਈ ਗਿੱਲ ਮੁਕੇਰੀ ਵਾਲਾ ਬਾਈ ਹੈਲੋ ਆਹੋ ਠੀਕ ਆ ਜਾ ਹੁਣੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਹੈ ਹੁਣ ਦੇਖਾਂਗੇ ਉਧਰਲੇ ਪਾਸੇ ਗਿੱਲ ਸਿਆਂ ਕੋਈ ਦਸ ਆਪਣਾ ਜਲਵਾ ਜਾਣ ਕਹਿੰਦੇ ਲਾਡੀ ਤੇ ਲੌਂਗੀ ਡਾਂਸ ਕਰਾ ਕੇ ਉਧਰਲੇ ਪਾਸੇ ਬਲੈਕਾਂ ਨੂੰ ਵੀ ਤੇ ਟੈਕਾਂ ਨੂੰ ਵੀ ਫੇਰ ਗਲਤੀ ਕੀਤੀ ਬਾਈ ਨੌ ਚੌਦਾਂ ਹੋ ਗਏ ਚੌਦਾਂ ਮੈਚ ਦੇ ਅੰਕ ਤੇ ਸਰਵਿਸ ਦਿਲ ਦੀ ਲੈ ਮੇਰੀ ਵੀਡੀਓ ਅੱਜ ਕਿੱਦੇ ਲਾਡੀ ਭੈਣ ਸਾਡਾ ਬਲਾਕਰ
ਬਲੈਕਰ ਨੂੰ ਚਲਾ ਦਿੱਤਾ ਉਂਗਲਾਂ ਤੇ ਜਿਹਦਾ ਸ਼ਹਿਦ ਖਿੜਦਾ ਉਂਗਲਾਂ ਤੇ ਇੱਦਾਂ ਦਿੰਦੇ ਸਿਰੇ ਸਿਰੇ ਸੋਲਾਂ ਹੋ ਗਏ ਰਿਕੀ ਕਾਤਲ ਸੋਲਾਂ ਨੌ ਹੋ ਗਏ ਤੇਰੇ ਪ੍ਰਥਮ ਬੜੀ ਸੋਹਣੀ ਖੇਡੇ ਤੇ ਸੌਰਵ ਤੇਰੇ ਸੌਰਵ ਪੁਆਇੰਟ ਕਿੰਨੇ ਹੋਏ ਮੋਟਰਸਾਈਕਲ ਚੰਦ ਦੀਆਂ ਚੈਨਾਂ ਸੋਨੇ ਦੀਆਂ ਚੈਨਾਂ ਤੱਕ ਆ ਗਈਆਂ ਬਈ ਵਾਲੀਬਾਲ ਲਾ ਦਿੱਤੀਆਂ ਬਈ ਆਪਣੇ ਪਿੱਛੇ ਤੇ ਲੋਕ ਲੱਖਾਂ ਰੁਪਈਆ ਚੱਕੀ ਫਿਰਦੇ ਜਿਹੜੇ ਮੁੰਡਿਆਂ ਦੇ ਪਿੱਛੇ ਕਿ ਸਾਡੇ ਖੇਡ ਮੇਲੇ ਤੇ ਆਉਣ ਤੇ 7 ਤਰੀਕ ਨੂੰ ਮੋਰਪੁਰ ਦੇ ਵਿੱਚ ਲਵਾਂਗੇ 7 ਅਪ੍ਰੈਲ ਨੂੰ ਭਰਾ ਇੱਧਰ ਆ ਜਾ ਇੱਥੇ ਰੱਖ ਆ ਜਾ ਇੱਧਰ ਆ ਜਾ ਮੇਰੇ ਕੋਲ ਆ ਜਾ ਹੱਕ ਇੱਥੇ ਰੱਖ ਮਾਂ ਔਰ ਦੇਖਾਂਗੇ ਇਧਰਲੇ ਪਾਸੇ ਲਾਈਵ ਚੱਲਦਾ ਹੈ ਸਾਹਿਲ ਸੰਧੂ ਦਾ ਸਾਹਿਲ ਸੰਧੂ ਦਾ ਲਾਈਵ ਚੱਲਦਾ ਭਰਾ ਦਾ ਇਹ ਤੇ ਪਤੰਦਰ ਸਨੇਪਾ ਬਾਈ ਦੂਰੀ ਪਾਉਂਦਾ ਸਨੈਪਚੈਟ ਦੇ ਅਸੀਂ ਕੱਟ ਕੱਟ ਸਟੋਰੀਆਂ ਪੈਣਗੀਆਂ ਬਾਈ ਸਨੈਪਚੈਟ ਦੇ ਸਾਹਿਲ ਸੰਧੂ ਇਹਨੂੰ ਕੋਈ ਝੰਡਿਆ ਸਨੇਪਾ ਸੰਧੂ ਜੀ ਔਰ ਦੇਖ ਬਾਈ ਸਿਰਾ ਹੀ ਲੱਗ ਗਿਆ ਦੀਪੂ ਵੱਖਰਾ ਹੀ ਹੋ ਗਿਆ ਯਾਰ ਅੱਜ ਕੁਛ ਪਤਾ ਨੀ ਕੀ ਚੱਕਰ ਬਣ ਗਿਆ ਕਿਉਂ ਨੀ ਖੇਡਿਆ ਜਾ ਰਿਹਾ ਪਿਛਲੇ ਵਾਰ ਵੀ ਤਗੜਾ ਸੀ ਇਹ ਤਗੜਾ ਤੇ ਇਸ ਵਾਰ ਵੀ ਹੈਗਾ ਬਟ ਬਈ ਅਗਲੀ ਵਾਲੀ ਰਹੀ ਵਾਲੇ ਆਪਾਂ ਪੂਰਾ ਗਲਾ ਫਿੱਟ ਕਰਕੇ ਆਵਾਂਗੇ ਇੱਕ ਗਲੇ ਦੇ ਬਟੇ ਦੋ ਲਾਵਾਂਗੇ ਇੱਕ ਬਲਾਸਟਰ ਦਾ ਲਾ ਦਾਂਗੇ ਲਓ ਆਏ ਹਾਏ ਹਾਏ ਪ੍ਰੇਮ ਹੋਏ ਓਏ ਪ੍ਰੇਮ ਹੋਏ ਲੈ ਬਈ ਸਪਾਂਸਰ ਕਹਿੰਦਾ ਮੇਰੇ ਨਾਮ ਦਾ ਕੜੀ ਨਾਮ ਲੈ ਲਈ ਸਹੀ ਬਣ ਗਿਆ ਚਾਰ ਮਿੰਟ ਰਹਿ ਗਏ ਬਸ ਜੋ ਤਾਂ ਸਪਾਂਸਰ ਕੀ ਕੋਈ ਕਰ ਹੋਣੇ ਨੇ ਮੇਰੇ ਸਾਈਡ ਰਾ ਜਿਹੜਾ ਫੋਨ ਲੈ ਹੋਇਆ ਹਾਏ 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 ਕਿੱਟ ਕਰਦਾ ਤਾ ਜੋਏ ਦੁਨੀਆ ਮਾਣ ਹੋ ਜਾਂਦਾ ਦੇਖ ਮੇਰੀ ਦਰਸ਼ੀ ਵੀ ਘਰਾਂ ਨੂੰ ਚੱਲ ਪਏ ਹੌਲੀ ਹੌਲੀ ਜਿਵੇਂ ਪੰਛੀ ਰਾਤ ਨੂੰ ਜਾਂਦੇ ਨਾ ਵੀ ਦਰਸ਼ਨ ਵੀ ਤੜਪ ਤੁਰਨ ਲੱਗ ਪਏ ਮਨੀਸ਼ ਚੁੱਕਿਆ ਬਾਲ ਤੇ ਇਧਰਲੇ ਪਾਸੇ ਆਊਟ ਦੇ ਬਾਲ ਦੇ ਇਸ਼ਾਰੇ ਸਕਲੇਨ ਰੁਕ ਜਾਏ ਯਾਰ ਸੁਭੇ ਜਿੱਥੇ ਭਾਰ ਰੁਕ ਜਾਏ ਯਾਰ 10-5 ਮਿੰਟ ਦੀ ਗੇਮ ਹੋ ਰਹੀ ਇਸ ਤੋਂ ਬਾਅਦ ਬਾਕੀ ਮੈਚ ਖਤਮ ਹੋ ਗਿਆ ਬਾਈ ਜਸਿਕ ਉੱਠ ਕੇ ਚੱਲ ਪਈ ਨਹੀਂ ਕਿਰਪੇ ਜਿੱਤ ਲਿਆ ਮੇਲਾ ਮੇਲਾ ਹੋ ਗਿਆ ਜਿੱਤ ਲਿਆ ਕਹਿੰਦੇ ਸਾਰਾ ਮੇਲਾ ਤੂੰ ਲੁੱਟਿਆ ਤੂੰ ਤੈਨੂੰ ਲੁੱਟ ਲੈਣਾ ਕਹਿਣਾ ਗੱਭਰੂ ਅੱਜ ਤੈਨੂੰ ਲੁੱਟ ਲੈਣਾ ਸਾਡੇ
ਬਾਗਰ ਲਾਸਟ ਹੀ ਰਹਿ ਗਿਆ ਹੁੰਦਾ ਸੁਣਾ ਦੇ ਕੋਈ ਯਾਰ ਹੈ ਬਾਬੀ ਤੇਰੇ ਮਾੜਾ ਮੋਟਾ ਔਰ ਮਾਰ ਸਰਵਿਸ ਗੱਲੇ ਭਾਈ ਹੋਈ ਜੀ ਵੀ ਕੋਈ ਕੋਈ ਤਾੜੀ ਮਾਰੋ ਯਾਰ ਲਿਵਰੋ ਦੇ ਨਾਂ ਦੇ ਪ੍ਰੇਮ ਉਹੀ ਗੱਲ ਹੋ ਗਈ ਭਿੰਡੀਆਂ ਦੇ ਜੰਮ ਕੇ ਖੀਰੇ ਗੱਲਾਂ ਟਿਕਾਣੇ ਮੇਰੇ ਵੀਰੋ ਉਤਰਦੇ ਪਾਸੇ ਲੋਕਾਂ ਦੇ ਵੀਰੇ ਮੇਲਿਆਂ ਦੇ ਤਿੰਨ ਕੰਮ ਪੱਕੇ ਦੂਰ ਤੇ ਤੱਕੇ ਜਿਹੜਾ ਬੰਦੇ ਸਹਿ ਗਿਆ ਉਹੀ ਸਾਰਾ ਮੇਲਾ ਲੁੱਟ ਕੇ ਡਿਪਿਸ਼ਨ ਲੈ ਗਿਆ ਮੈਂ ਕੀ ਕਹਿਣਾ ਲੋ ਮੇਰੇ ਵੀਰੋ ਬੁਖਾਰ ਦੇ ਕਾਰਨ ਕਹਿੰਦੀ ਲਗਾਤਾਰ ਯਾਰ ਟੂਰਨਾਮੈਂਟ ਚ ਹਵਾ ਲੱਗਦੀ ਯਾਰ ਗਰਾਊਂਡਾਂ ਚ ਉਸੇ ਕਾਰਨ ਕਹਿੰਦੀ ਥੋੜੀ ਸਿਹਤ ਠੀਕ ਨਹੀਂ ਹੈਗੀ ਕੱਲ ਵੀ ਟੂਰਨਾਮੈਂਟ ਹੋਣਾ ਪਰਸੋਂ ਵੀ ਦੁਨੀਆ ਚੜਕੇ ਆਇਆ ਪਠਾਨਕੋਟ ਕੱਟੇ ਆ ਪਠਾਨਕੋਟ ਵੇ ਤੇ ਆਪਾਂ ਉੱਥੋਂ ਚੜਕੇ ਆਇਆ ਗੁਰਬਾ ਗੋਣਗੇ ਤੁਸੀਂ ਠੇਕੇ ਬੰਦ ਹੋ ਗਏ ਆਪਾਂ ਠੇਕੇ ਤੇ ਵੀ ਇੱਕ ਸ਼ਹਿਰੀ ਬੋਲੋਗੇ ਬਈ ਉਧਰ ਬਹੁਤ ਪਿਛੂ ਬਾਜ ਆ ਗਈ ਸੀ ਕਹਿੰਦੇ ਜਦੋਂ ਸਾਡੇ ਬੰਦ ਹੋ ਗਏ ਮੈਚ ਛੇਤੀ ਛੇਤੀ ਆਪਾਂ ਬੋਲੋਗੇ ਜਦ ਸ਼ੇਰ ਵਧੀਆ ਲੱਗੂਗਾ ਤੇ ਲਲਕਾਰਾ ਮਾਰ ਦਿਓ ਕਹਿੰਦੇ ਐਨ ਗਿਆਨੀ ਮੈਨ ਗਿਆਨੀ ਅਧੀਏ ਸਵੇਰੇ ਤਈਆ ਸ਼ਾਮੀ ਬੋਲ ਮਿਲ ਜਾਂਦਾ ਬਹੁਤ ਮਿਹਰਬਾਨੀ ਬੋਲ ਮਿਲ ਜਾਂਦੇ ਬਹੁਤ ਮਿਹਰਬਾਨੀ ਮੇਰੇ ਵੀਰੋ ਦੇਖਾਂਗੇ।